ਮੁੱਖਮੰਤਰੀ ਤੀਰਥ ਯਾਤਰਾ ਤਹਿਤ ਸ਼੍ਰੀ ਹਜ਼ੂਰ ਸਾਹਿਬ ਲਈ ਤਪਾ ਮੰਡੀ ਤੇ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲ ਗੱਡੀ ਰਵਾਨਾ ਹੋਈ ਅਤੇ ਪਧੌੜ ਵਿਧਾਨ ਸਭਾ ਹਲਕੇ ਦੇ ਕਰੀਬ 950 ਸ਼ਰਧਾਲੂ ਇਸ ਗੱਡੀ ਵਿੱਚ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਗਏ। ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਰਾਏ ਬਰਨਾਲਾ ਅਤੇ ਹਲਕਾ ਪਧੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਵੀ ਮੌਜੂਦ ਰਹੇ। ਇਸ ਵਿਸ਼ੇਸ਼ ਰੇਲ ਗੱਡੀ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਉਹਨਾਂ ਦੱਸਿਆ ਕਿ ਯਾਤਰੀਆਂ ਵਿੱਚ ਇਸ ਯਾਤਰਾ ਨੂੰ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਸੀ, ਪਰੰਤੂ ਦੂਜੇ ਪਾਸੇ ਹਲਕਾ ਪਧੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਵੱਲੋਂ ਜੋ ਸਵਾਗਤੀ ਰੀਬਨ ਕੱਟਣਾ ਸੀ ਉਸ ਰੀਬਨ ਉੱਪਰ ਨਾਕਾ ਸਾਲੀਆਂ ਦਾ ਸ਼ਬਦ ਲਿਖੇ ਹੋਣ ਕਰਕੇ ਇਸ ਦੀ ਖੂਬ ਚਰਚਾ ਰਹੀ, ਜਿਸ ਨਾਲ ਸ਼ਰਧਾਲੂਆਂ ਵਿੱਚ ਭਾਰੀ ਰੋਸ ਪਾਇਆ ਗਿਆ। ਸਭ ਇਸਤਰੀ ਅਕਾਲੀ ਦਲ ਪੰਜਾਬ ਦੀ ਮੀਤ ਪ੍ਰਧਾਨ ਦੀ ਹਾਜ਼ਰੀ ਵਿੱਚ ਹੋਇਆ। ਇੱਥੇ ਬਸ ਨਹੀਂ, ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਪੱਖਪਾਤ ਦੇ ਦੋਸ਼ ਲਾਏ ਨੇ ਕਿ ਜੋ ਯਾਤਰੀ ਹਜ਼ੂਰ ਸਾਹਿਬ ਦੀ ਯਾਤਰਾ ਵਿੱਚ ਗਏ ਨੇ ਉਹਨਾਂ ਵਿੱਚ ਸਰਪੰਚਾਂ, ਪੰਚਾਂ, ਨੰਬਰਦਾਰਾਂ, ਇਸਤਰੀ ਅਕਾਲੀ ਦਲ ਯੂਥ ਵਿੰਗ ਆਦਿ ਦੇ ਆਪਣੇ ਪਰਿਵਾਰ ਸਮੇਤ ਹੀ ਯਾਤਰਾ ਦਾ ਲਾਹਾ ਲੈ ਰਹੇ ਨੇ, ਜੋ ਸਰਾਸਰ ਅਕਾਲੀਆਂ ਦੀ ਇੱਕ ਤਰਫੀ ਯਾਤਰਾ ਟ੍ਰੇਨ ਮੰਨੀ ਜਾਵੇਗੀ। ਭਾਜਪਾ ਦਾ ਕੋਈ ਵੀ ਮੈਂਬਰ ਨਹੀਂ ਸੀ। ਸਥਾਨਕ ਸ਼ਹਿਰ ਵਿੱਚ ਇਹ ਚਰਚਾ ਜ਼ੋਰਾਂ ਤੇ ਚੱਲ ਰਹੀ ਹੈ ਕਿ ਇੱਕ ਪਾਸੇ ਹਲਕਾ ਪਧੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਸਾਹਿਬ ਹਾਜ਼ਰ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਸ਼ੇਰਗਿੱਲ ਵੀ ਹਾਜ਼ਰ ਸੀ। ਫਿਰ ਜਦੋਂ ਰੇਲ ਗੱਡੀ ਦੀ ਖਿੜਕੀ ਤੇ ਰੀਬਨ ਕੱਟਣ ਲਈ ਰੀਬਨ ਉੱਪਰ ਨਾਕਾ ਸਾਲੀਆਂ ਦਾ ਲਿਖਿਆ ਹੋਇਆ ਸੀ ਤਾਂ ਇਸ ਨੂੰ ਅੱਖੋਂ ਪਰੋਖੇ ਕਿਉਂ ਹੋਇਆ? ਬਾਰੀ ਜੋ ਹੋਤਾ ਹਮਾਰਾ ਜੋ ਸਾਧੀ ਮੇਂ ਜੋ ਯੂਜ਼ ਕੀਆ ਜਾਤਾ ਹੈ ਜੋ ਕੀਤਾ ਹੈ ਉਸਕੋ ਜੋ ਵੀ ਆਪਣੀ ਟ੍ਰੇਨ ਮੇਂ ਲਾਇਆ ਹੈ ਧਾਰਮਿਕ ਟ੍ਰੇਨ ਮੇਂ ਲਾਇਆ ਹੈ ਜੋ ਸਰਾਸਰ ਗਲਤ ਹੈ ਉਸਕੇ ਬਾਰੇ ਮੇਂ ਕਿਆ ਕਹਿਣਾ ਚਾਹਤਾ ਹੈ? ਸਰ ਜੀ ਆਪਕੋ ਜੋ ਪਤਾ ਹੈ ਸਾਧੀ ਮੇਂ ਯੂਜ਼ ਕੀਆ ਜਾਤਾ ਹੈ, ਹਮਕੋ ਪਤਾ ਨਹੀਂ ਕਿ ਸਾਧੀ ਸਰ ਹਮਾਰਾ ਇਹ ਕਿ ਉਹਨਾਂ ਨੇ ਬਾਹਰ ਆਇਆ ਹੈ ਕਿ ਹਮੇ ਵੈਲਕਮ ਮੇਂ ਜੋ ਹੈ ਬਾਕੀ ਬੰਦੇ ਨੇ ਲਿਖ ਦਿੱਤਾ ਕਿ ਚਾਹੀਏ ਉਹਨਾਂ ਨੇ ਮੈਨੂੰ ਲਿਖ ਦੇ ਦਿਆ ਹੋਵੇ ਤਾਂ ਨਾ ਕੋਈ ਨਹੀਂ ਮਹਾਰਾਜ ਇੱਥੋਂ ਦਾ ਸਾਨੂੰ ਕਿਸੇ ਬੰਦੇ ਦਾ ਕੋਈ ਸੁਝਾਅ ਨਹੀਂ ਹੈ ਮਹਾਰਾਜ ਅਸੀਂ ਹੈ ਸਾਨੂੰ ਕਿਸੇ ਨੇ ਸੁਝਾਅ ਨਹੀਂ ਦਿੱਤੇ ਤੇ ਇਹਨੇ ਕਰਕੇ ਹਜ਼ੂਰ ਸਾਹਿਬ ਬਾਬੇ ਦੇ ਦਰਸ਼ਨ ਕਰਨ ਵਾਸਤੇ ਗੱਡੀ ਜਾ ਰਹੀ ਹੈ ਜੋ ਕਿ ਅਸੀਂ ਵੀ ਜਾ ਸਕਦੇ ਸੀ ਧਰਮ ਵੀ ਜਾ ਸਕਦਾ ਸੀ ਜੋ ਕਿ ਸਾਨੂੰ ਕਿਸੇ ਬੰਦੇ ਨੇ ਕੋਈ ਸੁਝਾਅ ਨਹੀਂ ਦਿੱਤੇ ਤੇ ਹਜ਼ੂਰ ਸਾਹਿਬ ਨੂੰ ਜਿਹੜੀ ਗੱਡੀ ਜਾ ਰਹੀ ਹੈ ਤੁਸੀਂ ਮੰਗ ਕੀ ਕਰਦੇ ਹੋ? ਅਸੀਂ ਮੰਗ ਕਰ ਰਹੇ ਹਾਂ ਅਸੀਂ ਵੀ ਬਾਬੇ ਦੇ ਦਰਸ਼ਨ ਪਾਉਣਾ ਚਾਹੁੰਦੇ ਸੀ ਜੋ ਕਿ ਸਾਨੂੰ ਕਿਸੇ ਨੇ ਕੋਈ ਸੂਚਨਾ ਨਹੀਂ ਦਿੱਤੀ ਇੱਥੇ ਤਪਾ ਦੇ ਜੋ ਵੀ ਅਹੁਦਾਦਾਰ ਨੇ ਸਾਡੀ ਵੀ ਤਮੰਨਾ ਸੀ ਬਾਬੇ ਦੇ ਦਰਸ਼ਨ ਪਾਉਣ ਦੀ ਸਾਡਾ ਪਰਿਵਾਰ ਵੀ ਜਾ ਸਕਦਾ ਸੀ ਕਿ ਤਪਾ ਮੰਡੀ ਤੋਂ ਜਾਟ ਟੀਵੀ ਨਿਊਜ਼ ਦੇ ਲਈ ਕੈਮਰਾਮੈਨ ਹਰਜੋਤ ਦੇ ਨਾਲ ਨਰੇਸ਼ ਗਰਗ ਦੀ ਰਿਪੋਰਟ।